ਅਸੀਂ ਬਹੁਤ ਵਧੀਆ ਸ਼ਹਿਰ ਤੋਂ ਕਿ ਕਈ ਜਿਹੜੇ ਵੱਖਰੀ ਆਈਟਮਾਂ ਲੈ ਕੇ ਆਏ ਹਾਂ। ਬਹੁਤ ਵਧੀਆ ਡਿਜ਼ਾਇਨ, ਬਹੁਤ ਵਧੀਆ ਕਾਰੀਗਰ ਆ ਸਾਡੇ ਕੋਲ, ਬਹੁਤ ਵਧੀਆ ਮਸ਼ੀਨਰੀ ਲੈ ਕੇ ਆਏ। ਅਸੀਂ ਮਸ਼ੀਨਰੀ ਦਾ ਵੀ ਅਸੀਂ ਚੈਲੇਂਜ ਕਰਦੇ ਹਾਂ ਜੀ, ਇੰਨੇ ਕੁ ਵਧੀਆ ਮਸ਼ੀਨ ਲੈ ਕੇ ਆਏ ਹਾਂ ਕਿ ਸਾਡੇ 8-10 ਜ਼ਿਲ੍ਹੇ ਦੀ ਮਸ਼ੀਨਰੀ ਨਹੀਂ ਹੋਊਗੀ ਇਸ ਤਰ੍ਹਾਂ ਦੀ। ਕੋਈ ਵੀ ਕਾਰੀਗਰ ਲੋਕਲ ਕਾਰੀਗਰ ਹੈ, ਸਾਰੇ ਮੁਸਲਮਾਨ ਕਾਰੀਗਰ ਆ, ਬਾਹਰ ਦੇ ਕਾਰੀਗਰ ਆ, ਬਹੁਤ ਵਧੀਆ ਮਾਸਟਰ, ਸਾਰਾ ਕੰਮ ਅਸੀਂ ਫਿਰ ਹੱਥੀ ਆਪ ਕਰਾਉਂਦੇ ਹਾਂ, ਆਪ ਨਾਲ ਕਰਦੇ ਹਾਂ, ਸਾਰਾ ਕਟਿੰਗ ਕਰਾ ਕੇ ਸਾਰੀ ਕਟਿੰਗ ਸਾਰੀ ਆਪ ਕਰਦੇ ਹਾਂ, ਸਾਰਾ ਕੰਮ ਨਾਲ ਕਰਾਉਂਦੇ ਹਾਂ। ਚੈਲੇਂਜ ਕਰਦੇ ਹਾਂ, ਚੈਲੇਂਜ ਅਸੀਂ 8-10 ਜ਼ਿਲ੍ਹਾ ਚੈਲੇਂਜ ਕਰਦੇ ਹਾਂ ਕਿ ਕੋਈ ਵੀ ਸਾਡੇ ਮੁਕਾਬਲੇ ਦੇ ਵਿੱਚ ਜਿੱਦਾਂ ਅਸੀਂ ਫਿਨਿਸ਼ਿੰਗ ਦਿੰਦੇ ਹਾਂ ਦੇ। ਜਿੱਥੇ ਤੁਸੀਂ ਗੱਲ ਕਰਦੇ ਹੋ ਇਹ ਕੱਪੜੇ ਦੇ ਨਾਲ ਹੀ ਤੁਸੀਂ ਮਸ਼ੀਨ ਦੀ ਵੀ ਚੈਲੰਜ ਕਰ ਰਹੇ ਹੋ ਵੀ ਮਸ਼ੀਨ ਵੀ ਨਹੀਂ ਤੁਹਾਡੇ ਇੱਥੇ ਪੰਚਰ? ਨਾ ਨਾ ਜੀ, ਮਸ਼ੀਨ ਦੀ ਵੀ ਚੈਲੰਜ ਕਰਦੇ ਹਾਂ, ਪੰਚਰ ਮਸ਼ੀਨ ਵੀ ਹੈ ਨਹੀਂ ਜੀ, ਜੋ ਮਸ਼ੀਨ ਸਾਡੇ ਲੱਗੀ ਹੋਈ ਹੈ ਜੋ ਅਸੀਂ ਕੰਮ ਕਰਦੇ ਹਾਂ ਉਹਦੇ ਵਿੱਚ ਚੈਲੰਜ ਕਰਦੇ ਹਾਂ, ਮਸ਼ੀਨ ਵੀ ਹੈ ਨਹੀਂ, ਕਿਸੇ ਚੰਦ ਜ਼ਿਲ੍ਹੇ ਮਸ਼ੀਨ ਵੀ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਗਸੀਰ ਸਿੰਘ ਜੱਗਾ ਜੀ, ਜੋ ਕਿ ਓਨਰ ਨੇ ਇਸ ਸ਼ੋਰੂਮ ਦੇ, ਅਤੇ ਚਰਚਾ ਦਾ ਵਿਸ਼ਾ ਜੋ ਫਰੀਦਕੋਟ ਸ਼ਹਿਰ ਦੇ ਵਿੱਚ ਬਣਿਆ ਹੋਇਆ, ਇਹ ਸ਼ੋਰੂਮ ਕਿਉਂ ਚਰਚਾ ਦਾ ਵਿਸ਼ਾ ਬਣਿਆ, ਆਪਾਂ ਇਹਨਾਂ ਤੋਂ ਜਾਣੂ ਹੁੰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਤੁਹਾਡਾ ਸ਼ੋਰੂਮ? ਪਹਿਲੀ ਗੱਲ ਜੀ, ਆਏ ਨਾ ਤੁਹਾਨੂੰ ਸਾਡੀ ਸ਼ੋਪ 'ਤੇ, ਤੁਸੀਂ ਆਏ ਹੈਗੇ ਵਿਜਿਟ ਕਰਨ ਆਏ ਹੋਏ। ਉਸ ਤੋਂ ਬਾਅਦ ਜੀ ਜਿਹੜਾ ਅਸੀਂ ਚਰਚਾ ਦਾ ਵਿਸ਼ਾ ਜੀ, ਇਸ ਤਰ੍ਹਾਂ ਜੀ ਅਸੀਂ ਸ਼ਹਿਰ ਸ਼ੋਰੂਮ ਬਣਾਇਆ, ਨਵਾਂ ਬਣਾਇਆ। ਅਸੀਂ ਬਹੁਤ ਵਧੀਆ ਸ਼ਹਿਰ ਤੋਂ ਕਿ ਕਈ ਜਿਹੜੇ ਵੱਖਰੀ ਆਈਟਮਾਂ ਲੈ ਕੇ ਆਏ ਹਾਂ, ਬਹੁਤ ਵਧੀਆ ਡਿਜ਼ਾਇਨ, ਬਹੁਤ ਵਧੀਆ ਕਾਰੀਗਰ ਆ ਸਾਡੇ ਕੋਲ, ਬਹੁਤ ਵਧੀਆ ਮਸ਼ੀਨਰੀ ਲੈ ਕੇ ਆਏ। ਅਸੀਂ ਮਸ਼ੀਨਰੀ ਦਾ ਵੀ ਅਸੀਂ ਚੈਲੇਂਜ ਕਰਦੇ ਹਾਂ ਜੀ, ਇੰਨੇ ਕੁ ਵਧੀਆ ਮਸ਼ੀਨ ਲੈ ਕੇ ਆਏ ਹਾਂ ਕਿ 8-10 ਜ਼ਿਲ੍ਹੇ ਦੀ ਮਸ਼ੀਨਰੀ ਨਹੀਂ ਹੋਊਗੀ ਇਸ ਤਰ੍ਹਾਂ ਦੀ। ਜਿੰਨਾ ਅਸੀਂ ਡਿਜ਼ਾਇਨ ਲੈ ਕੇ ਆਏ ਹਾਂ ਵੀ ਡਿਜ਼ਾਇਨ ਵੀ ਤੁਸੀਂ ਇੱਕ ਜ਼ਰੂਰ ਵਿਜ਼ਿਟ ਕਰੋ ਵੀ ਸਾਡੇ ਕੋਲ ਜੋ ਡਿਜ਼ਾਇਨ ਹੈਗੇ, ਡਿਜ਼ਾਇਨ ਵੀ ਐਕਸਟਰਾ, ਤੁਹਾਨੂੰ ਸਾਰੇ ਬਾਹਰ ਦਿਖਾਉਣਾ ਤੁਹਾਨੂੰ ਮੈਂ, ਸਾਰੇ ਐਕਸਟਰਾ ਡਿਜ਼ਾਇਨ ਆ, ਕੋਈ ਵੀ ਡਿਜ਼ਾਇਨ ਨਵੇਂ ਡਿਜ਼ਾਇਨ ਹੀ ਆ, ਕੋਈ ਵੀ ਡਿਜ਼ਾਇਨ ਹੈ, ਸਾਰੇ ਮੁਸਲਮਾਨ ਕਾਰੀਗਰ ਆ, ਕੋਈ ਵੀ ਕਾਰੀਗਰ ਲੋਕਲ ਕਾਰੀਗਰ ਹੈ, ਸਾਰੇ ਮੁਸਲਮਾਨ ਕਾਰੀਗਰ ਆ, ਬਾਹਰ ਦੇ ਕਾਰੀਗਰ, ਬਹੁਤ ਵਧੀਆ ਮਾਸਟਰ, ਸਾਰਾ ਕੰਮ ਅਸੀਂ ਫਿਰ ਹੱਥੀ ਆਪ ਕਰਾਉਂਦੇ ਹਾਂ, ਆਪ ਨਾਲ ਕਰਦੇ ਹਾਂ, ਸਾਰਾ ਕਟਿੰਗ ਕਰਾ ਕੇ ਸਾਰੀ ਕਟਿੰਗ ਸਾਰੀ ਆਪ ਕਰਦੇ ਹਾਂ, ਸਾਰਾ ਕੰਮ ਨਾਲ ਕਰਾਉਂਦੇ ਹਾਂ। ਸੁਣ ਕੇ ਆਇਆ ਤੁਸੀਂ ਆਪ ਪਹਿਲਾਂ ਟੇਲਰ ਸੀ ਤੇ 20-22 ਸਾਲ ਪੁਰਾਣਾ ਤੁਸੀਂ ਕੰਮ ਕਰ ਰਹੇ ਹੋ? ਹਾਂਜੀ, ਮੈਨੂੰ ਟੋਟਲ ਵੀ ਕੰਮ ਕਰਦੇ ਨੂੰ 27 ਸਾਲ ਹੋ ਗਏ ਜੀ। ਜਿਵੇਂ ਮੰਨ ਲਓ 7 ਸਾਲ ਪਹਿਲਾਂ ਕੰਮ ਸਿੱਖਦੇ ਰਹੇ, ਕਰਦੇ ਰਹੇ, 2000 ਸ਼ੋਪ ਕੀਤੀ, 20 ਸਾਲ ਮੈਨੂੰ ਸ਼ੋਪ ਕਰਦੇ ਨੂੰ ਹੋ ਗਏ ਜੀ। ਵੀ ਜਮਾਂ ਗਰਾਊਂਡ ਲੈਵਲ ਤੋਂ ਕੰਮ ਚੱਕਿਆ ਜੀ, ਮਹਾਰਾਜ ਦੀ ਗੱਤ ਪਾਈ, ਮਿਹਨਤ ਕਰਕੇ, ਜਿੰਨੇ ਮੇਰੇ ਕੋਟਕਪੁਰੇ ਸ਼ਹਿਰ ਵਾਸੀ ਹੈ, ਸ਼ਹਿਰ ਵਾਸੀਆਂ ਨੂੰ ਵੀ ਸਾਰਿਆਂ ਨੂੰ ਪਤਾ ਵੀ ਇਹ ਕਿੱਥੋਂ ਕੰਮ ਕੀਤਾ, ਕਿੱਥੋਂ ਸਟਾਰਟ ਕੀਤਾ, ਕਿੱਥੋਂ, ਜੇ ਮੈਂ ਸਿੱਖਦਾ ਵੀ ਬਿਆਰ 'ਚ ਹੀ ਰਹਿ, ਬਿਆਰ ਸਿੱਖਿਆ ਵੀ ਇਹਨਾਂ ਨੂੰ ਇੱਕ ਚੀਜ਼ ਬਾਰੇ ਪਤਾ ਮੇਰਾ ਵੀ ਕਿਵੇਂ ਮਿਹਨਤ ਕਰ ਕਰਕੇ ਵੀ ਇਹਨਾਂ ਨੇ ਕਿਵੇਂ ਕੰਮ ਅੱਗੇ ਲੈ ਗਏ, ਅੱਜ ਅਸੀਂ ਆਹ ਜੋ ਸ਼ਹਿਰ ਮੈਂ ਦੇਖਿਆ ਦੇਖਦੇ ਹੀ ਹੈ ਵੀ ਅੱਜ ਅਸੀਂ ਇਸ ਢੰਗ ਨਾਲ ਕੰਮ। ਇਹ ਜੋ ਵੀ ਕੰਮ ਕੀਤਾ ਤੁਸੀਂ, ਮਿਹਨਤ ਸਦਕਾ ਕੋਟਕਪੁਰਾ ਸ਼ਹਿਰ ਗਵਾਹੀ ਭਰਦਾ? ਹਾਂ, ਪੂਰਾ ਹੀ ਗਵਾਹੀ ਭਰਦਾ ਜੀ। ਜਿੰਨੇ ਮੇਰੇ ਬਿਆਰ ਸ਼ੋਰੂਮ ਸੀ ਮੇਰਾ, ਉੱਥੋਂ ਦੇ ਪੜੋਸੀ, ਇੱਧਰਲੇ ਜਿੰਨੇ ਮੇਰੇ ਫਰੈਂਡ ਸਰਕਲ ਆ, ਸਾਰੇ ਗਵਾਹੀ ਭਰਦੇ ਵੀ ਇੱਕ ਚੀਜ਼ ਕਿਵੇਂ ਕਿਵੇਂ ਸਟੈਪ ਬਾਈ ਸਟੈਪ ਕਿੱਦਾਂ ਕੰਮ। ਇੱਕ ਹੋਰ ਗੱਲ ਕਰੀਏ ਜੇਕਰ ਵੀ ਜੀ, ਵੀ ਜਿਹੜੇ ਕੋਟਕਪੁਰੇ ਸ਼ਹਿਰ ਦੇ ਨਾਲ ਪਿੰਡ ਵੀ ਨੇ, ਤੇ ਗੱਲ ਕਰੀਏ ਤੁਸੀਂ ਇੰਨਾ ਪੈਸਾ ਸ਼ੋਰੂਮ ਤੇ ਲਾ ਰਹੇ ਹੋ, ਤੁਹਾਡੇ ਕੋਲ ਡਿਜ਼ਾਈਨ ਮੁਸਲਮਾਨ ਪੰਜ ਚਾਰ ਸਾਡੇ ਕੋਲ ਕਾਰੀਗਰ ਨੇ, ਤੇ ਕੀ ਇਹ ਬਾਕੀ ਸ਼ਹਿਰ ਨਾਲੋਂ ਵੱਖਰਾ ਰੇਟ ਹੋਊ ਤੁਹਾਡਾ ਕਿ ਬਾਕੀ ਜਿਹੜੇ ਸ਼ਹਿਰ 'ਚ ਰੇਟ ਉਹੀ ਹੋਊ? ਨਹੀਂ ਨਹੀਂ ਨਹੀਂ, ਵੱਖਰਾ ਕੋਈ ਰੇਟ ਨਹੀਂ, ਜੋ ਸ਼ਹਿਰ ਦਾ ਰੇਟ ਆ ਨੋਰਮਲ ਰੇਟ ਉਹੀ ਰੇਟ ਆ, ਪਰ ਕੁਆਲਿਟੀ ਸਾਡੀ ਸ਼ਹਿਰ ਨਾਲ ਬਹੁਤ ਬੈਸਟ ਦੇ, ਬਹੁਤ ਵਧੀਆ। ਅਸੀਂ ਕੋਟ ਦੀ ਤਾਂ ਬਹੁਤ ਵੱਡੀ ਗੱਲ ਆ ਜੀ, ਸ਼ਰਟ ਸਾਡੇ ਕੋਲ ਸਟੈਚ ਕਰਦਾ, ਕੁੜਤਾ ਮਾ ਸਟੈਚ ਕਰਾਉਂਦਾ ਕੋਈ, ਸਾਡੀ ਸ਼ਰਟ ਦੇ ਵੀ ਅਸੀਂ ਕੋਈ ਮਟੀਰੀਅਲ ਪਾਉਂਦੇ ਆ ਨਾ, ਆਮ ਤੁਸੀਂ ਦੇਖੋਗੇ, ਤੁਸੀਂ ਵੀ ਯੂਜ਼ ਕਰਦੇ ਆ, ਕਈ ਵਾਰੀ ਕੋਈ ਸ਼ਰਟ ਬਣੀ ਹੁੰਦੀ ਇਸ ਤਰ੍ਹਾਂ ਕਾਲਰ ਇੱਕ ਦੋ ਧੋਏ ਖਰਾਬ ਹੋ ਜਾਂਦੇ ਆ ਜਾਂ ਕਾਫ ਖਰਾਬ ਹੋ ਗਏ ਕੁਛ, ਅਸੀਂ ਉਹ ਚੀਜ਼ ਦਾ ਚੈਲੇਂਜ ਕਰਦੇ ਹਾਂ ਜੀ ਵੀ ਜਿੰਨਾ ਦਿਨ ਤੁਹਾਡਾ ਕੱਪੜਾ ਫਟਦਾ ਨਹੀਂ। ਕੰਪਨੀ ਅਸੀਂ ਕਹਿੰਦੇ 3 ਸਾਲ ਦੀ ਗਰੰਟੀ, 2 ਸਾਲ ਦੀ ਕਹਿੰਦੇ ਲਾਈਫ ਟਾਈਮ ਦੀ, ਕੋਈ ਬੰਦਾ 5 ਸਾਲ ਦੀ ਸ਼ਰਟ ਯੂਜ਼ ਕਰ ਲੈਂਦਾ ਕਰ ਲੈ, ਫਿਰ ਤਾਂ 2-3 ਸਾਲ ਪਾਉਂਦੇ ਆ। ਜਿਹੜਾ ਕਾਲਰ ਖਰਾਬ ਹੋ ਜੇ, ਫੱਟੇ ਸ਼ਰਟ ਕੁਛ ਵੀ ਖਰਾਬ, ਕੁੜਤੇ ਬੰਦਾ ਖਰਾਬ ਹੋ ਜੇ, ਸਾਡੇ ਕੋਲ ਸਿੱਟ ਦਿਓ, ਨਵਾਂ ਬਣਾ ਦਿਓ, ਸਾਰਾ ਰਿਕਾਰਡ ਸਿਰਫ ਕੰਪਿਊਟਰ 'ਚ ਹੁੰਦਾ ਵੀ ਆਹ ਕੱਪੜਾ ਕਦੋਂ ਬਣਿਆ ਗਿਆ, ਉਹ ਸਾਡੇ ਕੋਲ ਸਿੱਟ ਦੇ ਨਵੇਂ ਬਣਾ ਦਿਓ। ਚੈਲੇਂਜ ਕਰਦੇ ਹਾਂ, ਚੈਲੇਂਜ ਅਸੀਂ 8-10 ਜ਼ਿਲ੍ਹਾ ਚੈਲੇਂਜ ਕਰਦੇ ਹਾਂ ਵੀ ਕੋਈ ਵੀ ਸਾਡੇ ਮੁਕਾਬਲੇ ਵਿੱਚ ਜਿੱਦਾਂ ਅਸੀਂ ਫਿਨਿਸ਼ਿੰਗ ਦਿੰਦੇ ਹਾਂ ਵੀ ਦੇ। ਜਿੱਥੇ ਤੁਸੀਂ ਗੱਲ ਕਰਦੇ ਹੋ ਇਹ ਕੱਪੜੇ ਦੇ ਨਾਲ ਹੀ ਤੁਸੀਂ ਮਸ਼ੀਨ ਦੀ ਵੀ ਚੈਲੇਂਜ ਕਰ ਰਹੇ ਹੋ ਵੀ ਮਸ਼ੀਨ ਵੀ ਨਹੀਂ ਤੁਹਾਡੇ ਇੱਥੇ ਪੰਚਰ? ਨਾ ਨਾ ਜੀ, ਮਸ਼ੀਨ ਦੀ ਵੀ ਚੈਲੇਂਜ ਕਰਦੇ ਹਾਂ, ਪੰਚਰ ਵਾਲੀ ਮਸ਼ੀਨ ਵੀ ਹੈ ਨਹੀਂ ਜੀ, ਜੋ ਮਸ਼ੀਨ ਸਾਡੇ ਲੱਗੀ ਹੋਈ ਹੈ ਜੋ ਅਸੀਂ ਕੰਮ ਕਰਦੇ ਹਾਂ ਉਹਦੇ ਵਿੱਚ ਚੈਲੇਂਜ ਕਰਦੇ ਹਾਂ, ਮਸ਼ੀਨ ਵੀ ਹੈ ਸਾਡੇ, ਕਿਸੇ ਚੰਦ ਜ਼ਿਲ੍ਹੇ ਮਸ਼ੀਨ ਵੀ ਹੈ ਜੀ, ਕਿਉਂਕਿ ਜੀ ਪਤਾ ਕਿ ਕਾਰੀਗਰ ਨੇ ਕੰਮ ਕਰਨਾ ਜੀ, ਫਿਨਿਸ਼ਿੰਗ ਨਾ ਕਰਨਾ ਕਰੀ, ਪਰ ਐਕਚੁਅਲੀ ਕੀ ਜਿਹੜੀ ਜੋ ਮਸ਼ੀਨਾਂ ਨੇ ਕੰਮ ਕਰਨਾ, ਮਸ਼ੀਨਾਂ ਨੇ ਕਾਰੀ ਚਲਾਉਂਦਾ ਕਾਰੀਗਰ ਹੀ ਮਸ਼ੀਨਾਂ ਨੂੰ, ਪਰ ਲੇਕਿਨ ਜੋ ਮਸ਼ੀਨਾਂ ਵਿੱਚ ਮਤਲਬ ਜੋ ਕੰਪਿਊਟਰ ਨੇ ਕੰਮ ਕਰ ਸਕਦੇ ਹੋ, ਹੱਥਾਂ ਨਾਲ ਨਹੀਂ ਕਰ ਸਕਦੇ ਨਾ, ਜੋ ਕੰਪਿਊਟਰ ਨੇ ਕੰਮ ਕਰਦਾ, ਜੋ ਮਸ਼ੀਨਾਂ ਇੰਨੀਆਂ ਵਧੀਆ ਹੈਗੀਆਂ, ਮਸ਼ੀਨੀ ਕੰਮ ਕਰ ਸਕਦੇ ਹੋ ਕਾਰੀਗਰ, ਜੋ ਕਾਰੀਗਰ ਕਰਦਾ ਮਸ਼ੀਨਾਂ ਨਹੀਂ ਕਰ ਸਕਦੇ, ਦੋਨੇ ਕੰਮ
ਇਕੱਠੇ ਕਰਦੇ ਆ ਵੀ ਕਾਰੀਗਰ ਵੀ ਬਿਹਤਰੀਨ ਤੇ ਮਸ਼ੀਨਾਂ ਵੀ ਬਿਹਤਰੀਨ ਦੋਨੇ ਚੀਜ਼ਾਂ ਬਹੁਤ ਵਧੀਆ ਕਰਕੇ ਤਾਂ ਹੀ ਰਿਜ਼ਲਟ ਵਧੀਆ ਨਿਕਲਦੇ ਚੀਜ਼ ਦੇ। ਨਾਲ ਆਪਾਂ ਗੱਲ ਕਰੀਏ ਤੁਸੀਂ ਡਿਜ਼ਾਈਨ ਦੀ ਗੱਲ ਕਰਦੇ ਹੋ ਵੀ ਡਿਜ਼ਾਈਨਰ ਸਾਡੇ ਕੋਲ ਹੈਗੇ ਆ ਕੀ ਸਾਨੂੰ ਦਿਖਾਓਗੇ? ਹਾਂਜੀ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਸਾਰੇ ਡਿਜ਼ਾਈਨ ਬਾਹਰ ਲੱਗੇ ਇੱਕ ਚੀਜ਼ ਦਿਖਾਵਾਂਗੇ ਤੁਹਾਨੂੰ ਵੀ ਗਰਮੀ ਲਈ ਕੀ ਆਈਟਮ ਆ ਸਰਦੀ ਲਈ ਕੀ ਆਈਟਮ ਆ ਕੁੜਤੇ ਪਜਾਮੇ ਕਿੱਦਾਂ ਦੀ ਡਿਜ਼ਾਈਨ ਕਰਦੇ ਆ ਤੇ ਕੋਟ ਕਿੱਦਾਂ ਦੇ ਡਿਜ਼ਾਈਨ ਬਾਸਕ ਨਾਲ ਕਿੱਦਾਂ ਡਿਜ਼ਾਈਨ ਕਰਦੇ ਆ। ਚਲੋ ਆਓ ਦਰਸ਼ਕੋ ਆਪਾਂ ਵੇਖ ਲਈਏ ਇਹਨਾਂ ਦੇ ਡਿਜ਼ਾਈਨ। ਹਾਂਜੀ ਜੱਗ ਭਾਅ ਜੀ ਦੱਸੋ ਆਪਣਾ ਕੀ ਤੁਹਾਡੇ 'ਚ ਕਾਬਲੀਅਤ? ਆ ਜਿੱਦਾਂ ਡਿਜ਼ਾਇਨ ਬਣਿਆ ਹੋਇਆ ਜੀ। ਹਾਂਜੀ ਠੀਕ ਹੈ। ਜੋ ਡਿਜ਼ਾਇਨ ਬਣਿਆ ਇੱਦਾਂ ਦਾ ਡਿਜ਼ਾਇਨ ਤੁਸੀਂ ਕੋਈ ਵੀ ਦੇਖਿਆ ਨਹੀਂ ਹੋਵੇ, ਇਹ ਨਿਊ ਡਿਜ਼ਾਇਨ ਹੀ ਸਾਰੇ। ਠੀਕ ਹੈ ਜੀ। ਸਾਰੀ ਚੈਨ ਵਾਈ ਜਾਕਟ ਹੈਗੀ ਬਣੀ ਹੋਈ ਹੈ। ਠੀਕ ਹੈ ਜੀ। ਉਹਦੇ ਨੀਚੇ ਜੇ ਕੁੜਤਾ ਵੀ ਪਾਇਆ ਉਹ ਵੀ ਡਿਜ਼ਾਇਨਰ ਪੀਸ ਹੀ ਬਣਿਆ ਹੋਇਆ। ਹਾਂ ਦੇਖੋ ਜੋ ਕਿ ਤੂੰ ਪਹਿਲਾਂ ਆਪਣੇ ਫਰੀਦਕੋਟ ਸ਼ਹਿਰ ਦੇ ਵਿੱਚ ਫਰੀਦਕੋਟ ਸ਼ਹਿਰ ਦੇ ਵਿੱਚ ਨਾ ਕੋਈ ਨਹੀਂ ਹੋਊਗਾ, ਇਹ ਕਮੀਜ਼ ਵੀ ਬਣੀ ਉਹ ਵੀ ਡਿਜ਼ਾਇਨਰ ਪੀਸ ਹੀ ਬਣੀ ਹੋਊਗੀ। ਠੀਕ ਹੈ ਜੀ। ਠੀਕ ਹੈ। ਕੋਈ ਵੀ ਡਿਜ਼ਾਇਨ ਤੁਹਾਨੂੰ ਦਿਖਾਉਂਦੇ ਹਾਂ, ਆਹ ਡਿਜ਼ਾਇਨ ਬਣਿਆ ਹੋਇਆ ਲੌਂਗ ਇਹ ਵੀ ਡਿਜ਼ਾਇਨਰ ਪੀਸ ਹੀ ਬਣਿਆ ਹੋਇਆ। ਓਕੇ ਠੀਕ ਹੈ। ਇੱਧਰ ਡਿਜ਼ਾਇਨ ਲੱਗੇ ਹੋਏ ਸਾਰੇ ਤੁਹਾਨੂੰ ਮੈਂ ਦਿਖਾਉਂਦਾ ਸਾਰੇ ਸਾਰੇ ਡਿਜ਼ਾਇਨ ਤੁਹਾਡੇ ਫਰੀਦਕੋਟ ਸ਼ਹਿਰ ਤੋਂ ਵੱਖਰੇ ਨੇ। ਵੱਖਰੇ ਵੱਖਰੇ ਜੀ। ਦੇਖ ਸਕਦੇ ਹੋ ਤੁਸੀਂ ਸਾਹਮਣੇ ਤੁਹਾਡੇ ਤਸਵੀਰਾਂ ਨੇ ਜੱਗਾ ਭਾਅ ਜੀ ਸਾਰੀਆਂ ਦਿਖਾ ਰਹੇ ਨੇ ਵੀ ਜਿਹੜੇ ਇਹ ਡਿਜ਼ਾਇਨ ਆ ਇਹ ਸਾਡੇ ਸਿਲੈਕਟ ਕੀਤੇ ਹੋਏ ਨੇ ਅਤੇ ਜਿਹੜੇ ਫਰੀਦਕੋਟ ਸ਼ਹਿਰ ਦੇ ਵਿੱਚ ਮੌਜੂਦ ਨਹੀਂ ਗੇ ਤੁਸੀਂ ਦੇਖ ਸਕਦੇ ਹੋ। ਡਿਜ਼ਾਇਨ ਹੈਗਾ ਹਰੇਕ ਡਿਜ਼ਾਇਨ ਐਕਸਟਰਾ ਡਿਜ਼ਾਇਨ ਹੀ ਹੋਣਗੇ। ਜੱਗਾ ਭਾਅ ਜੀ ਨਾਲ ਤੁਸੀਂ ਕੋਟ ਦੀ ਗੱਲ ਕੀਤੀ ਹੈ, ਜਾਕਟਾਂ ਦੀ ਗੱਲ ਕੀਤੀ ਹੈ, ਕੁੜਤੇ ਪਜਾਮੇ ਵੀ ਕੀ ਤੁਹਾਡੇ ਕੋਲ ਵੱਖਰੇ ਡਿਜ਼ਾਇਨ ਹੈ ਨੇ? ਕੁੜਤੇ ਪਜਾਮੇ ਦੇ ਵੱਖਰੇ ਜਿਵੇਂ ਗਰਮੀ ਦੀ ਆਈਟਮ ਹੁੰਦੀ ਹੈ, ਜਿੱਦਾਂ ਤੁਹਾਨੂੰ ਪਹਿਲਾਂ ਡਿਜ਼ਾਇਨਰ ਕੁੜਤਾ ਦਿਖਾਇਆ ਜਾਕਟ ਨਾਲ, ਜਿੱਦਾਂ ਆਹ ਕੁੜਤਾ ਹੈਗਾ ਇਹ ਸਾਰਾ ਗਰਮੀ ਦੀ ਆਈਟਮ ਹੈ ਜੀ। ਓਕੇ। ਇਹ ਗਰਮੀ ਦੇ ਵਿੱਚ ਇੱਦਾਂ ਦੇ ਕਾਫੀ ਡਿਜ਼ਾਇਨ ਬਹੁਤ ਡਿਜ਼ਾਇਨ ਮਿਲ ਜਾਂਦੇ ਇੱਦਾਂ ਦੇ ਡਿਜ਼ਾਇਨ ਮੈਂ ਐਕਸਟਰਾ ਡਿਜ਼ਾਇਨ ਮਿਲਦੇ, ਜਿਵੇਂ ਮੰਨ ਲਓ ਗਰਮੀ ਦੇ ਵਿੱਚ ਆਹ ਜਾਕਟ ਹੋ ਗਈ, ਇਹ ਵੀ ਗਰਮੀ ਦੀ ਡਰੈਸ ਹੈ, ਗਰਮੀ ਦੀ ਡਰੈਸ ਪਹਿਨੇ ਜਾਕਟ ਨਾਲ ਕੁੜਤਾ ਇਹਦੇ ਨਾਲ ਸੇਮ ਡਿਜ਼ਾਇਨ ਬਣ ਜਾਂਦਾ। ਇਹ ਸਾਰੀਆਂ ਜਾਂ ਗਰਮੀ 'ਚ ਹੀ ਪੈ ਜਾਂਦੀਆਂ, ਲੀਲਨ ਦੀਆਂ ਜਾਕਟਾਂ ਹੀ ਸਾਰੀਆਂ ਉੱਪਰ ਜਾਕਟ ਪਈ ਨਾ ਜਿੰਨੀ ਵੀ, ਇਹ ਸਾਰੀ ਲੀਲਨ ਗਰਮੀ ਦੀ ਟਾਈਪ, ਗਰਮੀ ਦੀ ਟ੍ਰੈਕਸ਼ਨ ਹੀ ਇੱਦਾਂ ਮੰਨ। ਹੋਰ ਕੀ ਤੁਸੀਂ ਆਪਣੇ ਮੁਤਾਬਕ ਕੀ ਫਰੀਦਕੋਟ ਜ਼ਿਲ੍ਹਾ ਵਾਸੀਆਂ ਨੂੰ ਕਹਿਣਾ ਚਾਹੁੰਦੇ ਹੋ? ਫਰੀਦਕੋਟ ਜ਼ਿਲ੍ਹਾ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਜੀ, ਇੱਕ ਵਾਰੀ ਸਾਡੇ ਵਿਜ਼ਿਟ ਦਾ ਜ਼ਰੂਰ ਮੌਕਾ ਦਿਓ, ਇੱਕ ਵਾਰੀ ਸਾਡੇ ਸ਼ੋਰੂਮ 'ਤੇ ਆਓ, ਤੁਹਾਨੂੰ ਵੱਖ ਵੱਖਰੇ ਡਿਜ਼ਾਇਨ ਐਕਸਟਰਾ ਚੀਜ਼ ਹੀ ਮਿਲੂਗੀ ਸਾਰੀ ਸ਼ਹਿਰ ਦੇ ਵਿੱਚ। ਬਾਕੀ ਸਾਡਾ ਸ਼ੋਰੂਮ ਤੁਹਾਨੂੰ ਵੇਖ ਕੇ ਅੰਦਾਜ਼ਾ ਹੋਏਗਾ ਵੈਸੇ ਕੀ ਕਰ ਸਕਦੇ ਹਾਂ, ਬਹੁਤ ਵਧੀਆ ਬੈਟਰ ਕਰਾਂਗੇ, ਬਹੁਤ ਵਧੀਆ ਡਿਜ਼ਾਇਨ ਕਰਕੇ ਦੇਵਾਂਗੇ ਅਤੇ ਬਹੁਤ ਹੀ ਵਧੀਆ ਡਿਜ਼ਾਇਨ ਸਾਡੇ ਕੋਲ ਤਿਆਰ ਵੀ ਆ ਅਤੇ ਰੇਟ ਨੋਰਮਲ ਹੀ ਹੋਊ, ਜਿਹੜਾ ਨੋਰਮਲ ਸ਼ਹਿਰ ਦਾ ਰੇਟ ਨੋਰਮਲ ਹੀ ਹੋਊ। ਕੋਈ ਗੱਲ ਲੋਕਾਂ ਦੇ ਵਿੱਚ ਵਹਿਮ ਹੋਊਗਾ ਵੀ ਜਿੱਦਾਂ ਉਹਨਾਂ ਨੇ ਇੰਨਾ ਪੈਸਾ ਲਾਇਆ ਸ਼ੋਰੂਮ 'ਤੇ ਜਾਂ ਮਸ਼ੀਨਾਂ ਇੰਨੀਆਂ ਮਹਿੰਗੀਆਂ ਲੈ ਕੇ ਆਏ ਹੋ, ਕੀ ਰੇਟ ਦਾ ਵੀ ਫਰਕ ਹੋਊਗਾ? ਉਹ ਨਹੀਂ ਕੋਈ 1% ਵੀ ਫਰਕ ਨਹੀਂ, 1% ਵੀ। ਮਸ਼ੀਨਾਂ ਲਿਆਉਂਦੇ ਸੀ ਆਪਦੇ ਵਾਸਤੇ ਕਸਟਮਰ ਨੂੰ ਬੈਟਰ ਕਰਨ ਵਾਸਤੇ, ਪਰ ਇਹ ਨਹੀਂ ਵੀ ਉਹ ਮਸ਼ੀਨਾਂ ਲਿਆਉਂਦੀ ਤਾਂ ਕਸਟਮਰ 'ਤੇ ਕੋਈ ਰੇਟ ਪਾਉਣਾ, ਕੋਈ ਰੇਟ ਨਹੀਂ। ਜੋ ਨੋਰਮਲ ਰੇਟ ਆ ਉਹੀ ਰੇਟ ਹੋਊਗਾ, ਉਹੀ ਰੇਟ ਭਰਾਂਗੇ, ਉਹੀ ਰੇਟ ਕਰਦਾਂਗੇ। ਬਿਲਕੁਲ ਵਧੀਆ ਨੋਰਮਲ ਰੇਟ ਹੋ, ਇੱਕ ਵਾਰੀ ਜ਼ਰੂਰ ਮੌਕਾ ਦਿਓ, ਵਿਜ਼ਿਟ ਕਰੋ, ਦੇਖੋ ਡਿਜ਼ਾਇਨ ਦੇਖੋ, ਉਸ ਤੋਂ ਬਾਅਦ ਤੁਸੀਂ ਕੱਪੜੇ ਡਰੈਸ ਆਪਣੇ ਮੂੰਹੋਂ ਦੱਸੋ। ਡਰੈਸ ਆਪਣਾ ਜੀ ਜ਼ਿਲ੍ਹਾ ਫਰੀਦਕੋਟ ਆ ਗਿਆ, ਜ਼ਿਲ੍ਹਾ ਫਰੀਦਕੋਟ ਕੋਟਕਪੁਰਾ, ਨਜ਼ਦੀਕ ਸਾਹਮਣੇ ਪੰਜਾਬ ਫੈਬਰਿਕ, ਨਜ਼ਦੀਕ ਵੱਡਾ ਗੁਰਦੁਆਰੇ ਦੇ ਕੋਲ, ਜੈਤੋ ਰੋਡ। ਠੀਕ ਹੈ, ਧੰਨਵਾਦ ਧੰਨਵਾਦ। ਜੱਗਾ ਭਾਅ ਜੀ ਅਖੀਰ ਦੇ ਵਿੱਚ ਦਿਵਾਲੀ ਦੇ ਤਿਉਹਾਰ ਦੇ ਸ਼ੁਭਕਾਮਨਾ ਪ੍ਰਤੀ ਲੋਕਾਂ ਨੂੰ? ਦਿਵਾਲੀ ਦੀ ਜੀ ਲੱਖ ਲੱਖ ਵਧਾਈ ਸ਼ਹਿਰ ਵਾਸੀਆਂ ਨੂੰ। ਦਿਵਾਲੀ ਬਹੁਤ ਵਧੀਆ ਤਿਉਹਾਰ ਆ ਜੀ, ਬਹੁਤ ਹਰੇਕ ਬੰਦਾ ਖੁਸ਼ੀਆਂ ਨਾਲ ਰਹਿੰਦਾ, ਹਰੇਕ ਬੰਦਾ ਸਾਫ਼ ਸਫਾਈ ਕਰਕੇ ਚੱਲਦਾ, ਹਰੇਕ ਬਹੁਤ ਵਧੀਆ। ਦਿਵਾਲੀ ਆ, ਸਭ ਨੂੰ ਬਹੁਤ ਬਹੁਤ ਵਧਾਈਆਂ ਦਿਵਾਲੀ ਦੀਆਂ। ਸਭ ਨੂੰ ਇਹ ਕਹਿੰਦੇ ਪਟਾਕਿਆਂ ਤੋਂ ਰਹਿਤ ਦਿਵਾਲੀ ਮਨਾਈ ਜਾਵੇ, ਵਾਤਾਵਰਨ ਨੂੰ ਬਚਾਇਆ ਜਾਵੇ, ਬੂਟੇ ਲਾਏ ਜਾਣ, ਬਹੁਤ ਵਧੀਆ ਦਿਵਾਲੀ ਢੰਗ ਨਾਲ ਦਿਵਾਲੀ ਮਨਾਈ, ਖੁਸ਼ੀ ਨਾਲ ਦਿਵਾਲੀ ਮਨਾਈ ਜਾਵੇ, ਕੋਈ ਕਲੇਸ਼ ਨਾ ਹੋਵੇ, ਕਿਤੇ ਲੜਾਈ ਝਗੜਾ ਨਾ ਹੋਵੇ, ਵੀ ਬਹੁਤ ਸਾਫ਼ ਸੁਥਰੇ ਢੰਗ ਨਾਲ ਦਿਵਾਲੀ ਮਨਾਈਏ, ਬਹੁਤ ਵਧੀਆ ਤਿਉਹਾਰ ਹੈ ਦਿਵਾਲੀ, ਬਹੁਤ ਬਹੁਤ। ਜੱਗਾ ਭਾਅ ਜੀ ਦਿਵਾਲੀ ਦੇ ਅਵਸਰ ਵਿੱਚ ਕੋਈ ਕੰਪਨੀ ਵਾਲੇ, ਕੋਈ ਸ਼ੋਰੂਮ ਵਾਲੇ, ਕੋਈ ਆਪਣੇ ਵੱਲੋਂ ਆਫਰਾਂ ਕੱਢਦੇ ਆ, ਤੁਹਾਡੇ ਵੱਲੋਂ ਕੋਈ ਆਫਰ ਹੈ? ਨਹੀਂ, ਆਫਰ ਤਾਂ ਵੈਸੇ ਸਾਡਾ ਤਾਂ ਵੈਸੇ ਨੋਰਮਲ ਜਿਹਾ ਹੀ ਹੁੰਦਾ, ਪਰ ਫਿਰ ਵੀ ਜਿੰਨੇ ਵੀਡੀਓ ਦੇਖ ਰਹੇ ਹੈਗੇ ਆ, ਜਿੰਨੇ ਲਾਈਕ ਕਰਦੇ ਆ, ਸਾਰੇ ਆਫਰ ਭਰਾਵਾਂ ਨੂੰ ਜਿਹੜੇ ਆਏ ਨੇ, ਕੋਈ ਚੱਕਰ ਜਿੱਦਾਂ ਕਿ ਉਹਦਾ ਆਫਰ ਕਰਨ ਆਫਰ। ਠੀਕ।